ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਈਡੀਅਮਸ ਦੇ ਇਸਤੇਮਾਲ ਦੀ, ਕਿਉਂਕਿ ਈਡੀਅਮਸ ਦਾ ਇਸਤੇਮਾਲ ਸਾਡੀ ਭਾਸ਼ਾ ਨੂੰ ਇੰਨਾ ਕੁ ਉੱਪਰ ਚੁੱਕਦਾ ਹੈ ਜਿਸ ਦੀ ਕਲਪਨਾ ਅਸੀਂ ਕਦੀ ਨਹੀਂ ਕੀਤੀ। ਔਰ ਜੇ ਮੌਕਾ ਹੋਵੇ ਆਈਲੈਟਸ ਦੀ ਸਪੀਕਿੰਗ ਦਾ, ਤਾਂ ਫਿਰ ਈਡੀਅਮਸ ਦਾ ਇਸਤੇਮਾਲ ਜੇ ਅਸੀਂ ਉਹਦੇ ਵਿੱਚ ਨਾ ਕਰੀਏ ਤਾਂ ਸਾਡੀ ਮੂਰਖਤਾ ਤੋਂ ਸਿਵਾਏ ਹੋਰ ਕੁਛ ਨਹੀਂ ਹੋਏਗਾ। ਇਸ ਵੀਡੀਓ 'ਚ ਮੈਂ ਲੈ ਕੇ ਆਇਆ 8 ਵੱਖਰੇ ਅਤੇ ਖਾਸ ਈਡੀਅਮਸ ਜਿਨ੍ਹਾਂ ਦਾ ਇਸਤੇਮਾਲ ਤੁਹਾਡੇ ਸਪੀਕਿੰਗ ਬੈਂਡ ਨੂੰ ਸ਼ਰਤੀਆ ਤੌਰ 'ਤੇ ਉੱਪਰ ਚੁੱਕਣ ਦਾ ਕੰਮ ਕਰੇਗਾ। ਇਸ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਅਪਲੋਡ ਕਰ ਚੁੱਕਿਆ ਈਡੀਅਮਸ 'ਤੇ, ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ, ਜ਼ਰੂਰ ਦੇਖੋ ਉਹਨੂੰ, ਮਾਸਟਰੀ ਕਰੋ ਇਹਨਾਂ ਈਡੀਅਮਸ ਦੀ, ਸੋ ਦੈਟ ਯੂ ਗੇਨ ਦ ਰਿਕੁਆਇਰਡ ਬੈਂਡਸ ਇਨ ਯੋਰ ਸਪੀਕਿੰਗ ਮੋਡਿਊਲ ਆਫ ਦਾ ਆਈਲੈਟਸ। ਦੋਸਤੋ ਸਵਾਗਤ ਕਰਦਾ ਤੁਹਾਡਾ ਆਪਣੇ ਚੈਨਲ ਪਰਫੈਕਟ ਇੰਗਲਿਸ਼ ਕਲਾਸ, ਜਿਹਦਾ ਸਿਰਫ ਇੱਕੋ ਅਤੇ ਇੱਕੋ ਮਾਟੋ ਹੈ ਸਿੱਖਣ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੰਗਲਿਸ਼ ਸਿਖਾਉਣੀ ਔਰ ਉਹਨਾਂ ਦਾ ਪ੍ਰੈਜੈਂਟ ਲੈਵਲ ਜੋ ਵੀ ਇੰਗਲਿਸ਼ ਇਸ ਵੇਲੇ ਹੈ ਉਹਨੂੰ ਇੰਪਰੂਵ ਕਰਨਾ। ਅਤੇ ਆਓ ਵੱਧਦੇ ਹਾਂ ਈਡੀਅਮਸ ਵੱਲ। ਇਸ ਵੀਡੀਓ ਦਾ ਪਹਿਲਾ ਈਡੀਅਮ ਉਸਦਾ ਪਲੱਗ ਤੁਸੀਂ ਦੇਖ ਰਹੇ ਹੋ ਔਰ ਇਹਦਾ ਜਿਹੜਾ ਪੰਜਾਬੀ ਮੀਨਿੰਗ ਹੋਏਗਾ ਜਾਂ ਜਿਹੜੇ ਸ਼ਬਦ ਨੇ ਉਹਨਾਂ ਦਾ ਅਰਥ ਜੇ ਅਸੀਂ ਦੇਖੀਏ ਤਾਂ ਉਹ ਨਿਕਲੇਗਾ ਪਲੱਗ ਖਿੱਚੋ, ਪਰ ਅਸਲ 'ਚ ਇਹੋ ਜਿਹਾ ਕੋਈ ਮੀਨਿੰਗ ਈਡੀਅਮਸ ਦਾ ਨਹੀਂ ਹੈ। ਅਸਲ ਈਡੀਅਮਸ ਦਾ ਮੀਨਿੰਗ ਹੈ ਕੰਮ ਬੰਦ ਕਰਨਾ। ਜੇ ਅਸੀਂ ਕਿਸੇ ਨੂੰ ਕੰਮ ਬੰਦ ਕਰਨ ਵੱਲੋਂ ਕਹਿਣਾ ਹੈ ਜਾਂ ਆਪਣਾ ਇਹ ਐਕਸਪ੍ਰੈਸ਼ਨ ਐਕਸਪ੍ਰੈਸ ਕਰਨਾ ਹੈ ਤਾਂ ਦੈਨ ਵੀ ਯੂਜ਼ ਪੁੱਲ ਦਾ ਪਲੱਗ। ਸੈਂਟੈਂਸ ਦੇਖਾਂਗੇ ਹੋਰ ਕਲੀਅਰ ਹੋ ਜਾਏਗਾ ਤੁਹਾਨੂੰ। ਲੈਟ ਅਸ ਪੁੱਲ ਦਾ ਪਲੱਗ, ਵੀ ਹੈਵ ਡਨ ਐਨਫ ਫਾਰ ਦਾ ਡੇ। ਅਸੀਂ ਦਿਨ ਲਈ, ਅੱਜ ਦੇ ਦਿਨ ਲਈ ਕਾਫੀ ਕੰਮ ਕਰ ਚੁੱਕੇ ਹਾਂ, ਆਓ ਕੰਮ ਖਤਮ ਕਰੀਏ, ਕੰਮ ਬੰਦ ਕਰੀਏ। ਲੈਟ ਅਸ ਪੁੱਲ ਦਾ ਪਲੱਗ। ਇੱਕ ਹੋਰ ਸੈਂਟੈਂਸ, ਯੂਨਾਈਟਿਡ ਸਟੇਟਸ ਪੁੱਲ ਦਾ ਪਲੱਗ ਔਨ ਮਿਲਟਰੀ ਏਡ ਟੂ ਪਾਕਿਸਤਾਨ ਬਿਕਾਜ਼ ਆਫ ਇਟਸ ਇਨਵੋਲਵਮੈਂਟ ਇਨ ਮਿਲੀਟੈਂਸੀ। ਯੂਨਾਈਟਿਡ ਸਟੇਟਸ ਨੇ ਪਾਕਿਸਤਾਨ ਨੂੰ ਮਿਲਟਰੀ ਏਡ ਦੇਣੀ ਬੰਦ ਕਰ ਦਿੱਤੀ ਹੈ ਉਹਦੀ ਮਿਲੀਟੈਂਸ 'ਚ ਇਨਵੋਲਵਮੈਂਟ ਹੋਣ ਦੇ ਕਾਰਨ। ਸੋ ਆਈ ਹੋਪ ਯੂ ਅੰਡਰਸਟੈਂਡ, ਕਿਤੇ ਵੀ ਅਸੀਂ ਇਹ ਮੈਨਸ਼ਨ ਕਰਨਾ ਕੰਮ ਬੰਦ ਕਰਨ ਬਾਰੇ, ਦੈਨ ਦਿਸ ਈਡੀਅਮ ਇਜ਼ ਮੋਸਟ ਸੂਟੇਬਲ ਪੁੱਲ ਦਾ ਪਲੱਗ। ਸੈਕਿੰਡ ਈਡੀਅਮ ਆਫ ਦਾ ਵੀਡੀਓ ਇਜ਼ ਹਿੱਟ ਦਾ ਰੋਡ, ਔਰ ਇਹਦੇ ਸ਼ਾਬਦਿਕ ਅਰਥ ਜੇ ਅਸੀਂ ਦੇਖੀਏ ਤਾਂ ਉਹ ਬਣਨਗੇ ਸੜਕ ਨੂੰ ਮਾਰਨਾ, ਜਦਕਿ ਇਹਨਾਂ ਅਰਥਾਂ ਦਾ ਇਸ ਈਡੀਅਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਔਰ ਅਸਲ ਮੀਨਿੰਗ ਜੋ ਇਸ ਈਡੀਅਮ ਦਾ ਹੈ ਹਿੱਟ ਦਾ ਰੋਡ ਦਾ, ਉਹ ਹੈ ਕਿਤੇ ਜਾਣ ਲਈ ਯਾਤਰਾ ਦੀ ਸ਼ੁਰੂਆਤ ਕਰਨਾ, ਘਰੋਂ ਨਿਕਲਣਾ। ਔਰ ਸੈਂਟੈਂਸ ਦੇਖਾਂਗੇ, ਕਮ ਔਨ ਲੈਟ ਅਸ ਹਿੱਟ ਦਾ ਰੋਡ, ਵੀ ਆਰ ਆਲਰੇਡੀ ਲੇਟ। ਚਲੋ ਚੱਲੀਏ, ਅਸੀਂ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ। ਠੀਕ, ਸੈਕਿੰਡ ਸੈਂਟੈਂਸ ਵੀ ਦੇਖਾਂਗੇ, ਮੈਟਰੋ ਕੰਪਿਊਟਰਸ ਹੈਵ ਟੂ ਹਿੱਟ ਦਾ ਰੋਡ ਅਰਲੀ ਇਨ ਦਾ ਮੋਰਨਿੰਗ ਟੂ ਬੀ ਸ਼ੋਰ ਆਫ ਬੀਟਿੰਗ ਦਾ ਜਾਮਸ ਐਂਡ ਫਾਈਂਡਿੰਗ ਅ ਪਾਰਕਿੰਗ ਸਪੇਸ। ਮੈਟਰੋ ਸਿਟੀਜ਼ ਰਹਿਣ ਵਾਲੇ ਔਰ ਯਾਤਰਾ ਕਰਨ ਵਾਲੇ ਉਹ ਬੰਦੇ ਜਿਹੜੇ ਜੋਬ ਕਰ ਰਹੇ, ਉਹਨਾਂ ਨੂੰ ਘਰੋਂ ਸਵੇਰੇ ਨਿਕਲਣਾ ਪੈਂਦਾ ਸੋ ਦੈਟ ਉਹ ਜਾਮ 'ਚ ਨਾ ਫਸਣ ਔਰ ਆਪਣੇ ਵਰਕ ਪਲੇਸ 'ਤੇ ਉਹਨਾਂ ਨੂੰ ਪਾਰਕਿੰਗ ਸਪੇਸ ਅਵੇਲੇਬਲ ਹੋਏ। ਸੋ ਵੰਸ ਅਗੇਨ, ਹਿੱਟ ਦਾ ਰੋਡ ਮਤਲਬ ਯਾਤਰਾ ਦੀ ਸ਼ੁਰੂਆਤ ਕਰਨਾ, ਘਰੋਂ ਨਿਕਲਣਾ। ਨੈਕਸਟ ਈਡੀਅਮ ਹੈ ਸਾਡਾ ਫਾਲਸ ਮੂਵਸ, ਇਹਦੇ ਸ਼ਾਬਦਿਕ ਅਰਥ ਦੇਖਾਂਗੇ ਅਤੇ ਝੂਠਾ ਹਿੱਲਣਾ, ਪਰ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਇਹਦੇ ਫਾਲਸ ਮੂਵ ਦੇ ਸ਼ਬਦਾਂ ਨਾਲ। ਔਰ ਅਸਲੀ ਮੀਨਿੰਗ ਜਿਹੜਾ ਉਹ ਈਡੀਅਮ ਦਾ, ਦੈਟ ਇਜ਼ ਗਲਤ ਕਦਮ ਜਿਹੜਾ ਨੁਕਸਾਨ ਕਰੇਗਾ, ਤੁਹਾਡੇ ਦੁਆਰਾ ਚੁੱਕਿਆ, ਕਿਸੇ ਦੁਆਰਾ ਵੀ ਚੁੱਕਿਆ ਗਿਆ ਕੋਈ ਵੀ ਗਲਤ ਸਟੈਪ ਜਿਹੜਾ ਉਹਦਾ ਨੁਕਸਾਨ ਕਰੇਗਾ, ਦੈਟ ਵਿਲ ਪ੍ਰੂਵ ਟੂ ਬੀ ਏ ਫਾਲਸ ਮੂਵ। ਲੈਟ ਅਸ ਸੀ ਇਟ ਇਨ ਏ ਸੈਂਟੈਂਸ, ਹੀ ਇਜ਼ ਅੰਡਰ ਪੁਲਿਸ ਸਰਵੇਲੈਂਸ, ਵਨ ਫਾਲਸ ਮੂਵ ਐਂਡ ਹੀ ਵਿਲ ਬੀ ਅਰੈਸਟਡ। ਕਿਸੇ ਬਾਰੇ ਗੱਲਬਾਤ ਹੋ ਰਹੀ ਹੈ ਕਿ ਉਹ ਪੁਲਿਸ ਦੀ ਨਿਗਰਾਨੀ 'ਚ ਹੈ, ਪੁਲਿਸ ਦੀ ਨਜ਼ਰ ਹੈ ਉਹਦੇ 'ਤੇ, ਔਰ ਉਹਦਾ ਇੱਕ ਵੀ ਗਲਤ ਕਦਮ ਜਿਹੜਾ ਵਾ ਦੈਟ ਵਿਲ ਲੀਡ ਟੂ ਹਿਜ਼ ਅਰੈਸਟ। ਸੈਕਿੰਡ ਸੈਂਟੈਂਸ, ਵਨ ਫਾਲਸ ਮੂਵ ਔਨ ਯੋਰ ਪਾਰਟ ਵਿਲ ਡਿਸਟਰੋਏ ਯੋਰ ਕੈਰੀਅਰ ਇਨ ਦਿਸ ਔਰਗਨਾਈਜੇਸ਼ਨ। ਤੁਹਾਡੇ ਦੁਆਰਾ ਕਿਹਾ ਹੋਇਆ ਇੱਕ ਵੀ ਗਲਤ ਕਦਮ ਤੁਹਾਡੇ ਕੈਰੀਅਰ ਨੂੰ ਇਸ ਔਰਗਨਾਈਜੇਸ਼ਨ 'ਚ
ਖਤਮ ਕਰ ਦੇਗਾ। ਆਈ ਹੋਪ ਯੂ ਨਾਓ ਅੰਡਰਸਟੈਂਡ ਹਾਊ ਟੂ ਐਕਸਪ੍ਰੈਸ ਹਾਊ ਟੂ ਯੂਜ ਦਿਸ ਈਡੀਅਮ ਦੈਟ ਇਜ਼ ਫਾਲਸ ਮੂਵ। ਐਂਡ ਨੈਕਸਟ ਈਡੀਅਮ ਇਜ਼ ਫਰੈਂਚ ਲੀਵ, ਮਤਲਬ ਫਰੈਂਚ ਛੁੱਟੀ। ਨਹੀਂ, ਫਰੈਂਚ ਛੁੱਟੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸਲ ਮੀਨਿੰਗ ਜੋ ਇਸ ਈਡੀਅਮ ਦਾ, ਦੈਟ ਇਜ਼ ਬਿਨਾਂ ਦੱਸਿਆ ਕਿਸੇ ਸਮਾਰੋਹ ਕਿਸੇ ਪਾਰਟੀ ਤੋਂ ਨਿਕਲ ਜਾਣਾ। ਤੁਹਾਨੂੰ ਕਿਤੇ ਬੁਲਾਇਆ ਗਿਆ, ਤੁਸੀਂ ਉੱਥੇ ਗਏ ਹੋ, ਫੰਕਸ਼ਨ ਚੱਲ ਰਿਹਾ ਜਾਂ ਖਤਮ ਹੋ ਰਿਹਾ, ਤੁਸੀਂ ਫੰਕਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਹੋਸਟ ਨੂੰ ਜਿਹਨੇ ਤੁਹਾਨੂੰ ਬੁਲਾਇਆ ਉਹਨੂੰ ਮਿਲਾ, ਬਿਨਾਂ ਮਿਲਿਆ ਹੀ ਜੇ ਤੁਸੀਂ ਵਾਪਸ ਆ ਜਾਂਦੇ ਹੋ, ਨਿਕਲ ਜਾਂਦੇ ਹੋ, ਤੁਹਾਡਾ ਅੱਗੇ ਜਿਹੜਾ ਐਕਸ਼ਨ ਆ ਦੈਟ ਵਿਲ ਬੀ ਕਾਲਡ ਐਜ਼ ਏ ਫਰੈਂਚ ਲੀਵ। ਸੈਂਟੈਂਸ ਦੇਖਾਂਗੇ, ਮੋਸਟ ਆਫ ਦਾ ਟਾਈਮ ਵੀ ਟੇਕ ਫਰੈਂਚ ਲੀਵ ਆਫਟਰ ਦਾ ਮੈਰਿਜ ਪਾਰਟੀ, ਬਟ ਇਟ ਇਜ਼ ਨਾਟ ਗੁੱਡ। ਔਰ ਅਸਲ ਜ਼ਿੰਦਗੀ 'ਚ ਹੁੰਦਾ ਵੀ ਹੈ, ਜ਼ਿਆਦਾਤਰ ਟਾਈਮ ਅਸੀਂ ਜਿੱਥੇ ਕਿਤੇ ਵੀ ਜਾਂਦੇ ਹਾਂ, ਕਿਸੇ ਵੀ ਫੰਕਸ਼ਨ 'ਤੇ ਜਾਂਦੇ ਹਾਂ, ਔਰ ਅਲਟੀਮੇਟਲੀ ਆਪਣਾ ਇੰਜੋਏ ਕਰਨ ਤੋਂ ਬਾਅਦ, ਫਾਰਮੈਲਿਟੀਜ਼ ਪੂਰੀ ਕਰਨ ਤੋਂ ਬਾਅਦ, ਫੰਕਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਹੀ ਅਸੀਂ ਬਿਨਾਂ ਆਪਣੇ ਹੋਸਟ ਨੂੰ ਜਿਹਨੇ ਸਾਨੂੰ ਬੁਲਾਇਆ ਹੁੰਦਾ ਉਹਨੂੰ ਮਿਲਿਆ, ਉੱਥੋਂ ਨਿਕਲ ਆਉਂਦੇ ਹਾਂ। ਐਂਡ ਦਿਸ ਇਜ਼ ਨੋਨ ਐਜ਼ ਏ ਫਰੈਂਚ ਲੀਵ। ਵਨ ਮੋਰ ਸੈਂਟੈਂਸ ਵਿਲ ਸੀ, ਹੀ ਆਲਵੇਜ਼ ਟੇਕਸ ਫਰੈਂਚ ਲੀਵ ਫਰੋਮ ਦਾ ਓਫੀਸ਼ੀਅਲ ਪਾਰਟੀਜ਼, ਹੀ ਵਿਲ ਹੈਵ ਟੂ ਫੇਸ ਦਾ ਕੋਨਸੀਕੁਐਂਸਿਸ ਇਫ ਕਾਟ। ਮਤਲਬ ਉਹ ਹਮੇਸ਼ਾ ਹੀ ਆਪਣੀ ਓਫੀਸ਼ੀਅਲ ਪਾਰਟੀਜ਼ ਜਿਹੜੀਆਂ ਨੇ, ਫੰਕਸ਼ਨ ਜਿਹੜੇ ਨੇ, ਉਹਨਾਂ 'ਚੋਂ ਬਿਨਾਂ ਦੱਸਿਆ ਉੱਥੋਂ ਨਿਕਲ ਜਾਂਦਾ। ਜੇ ਕਦੀ ਫੜਿਆ ਗਿਆ ਤਾਂ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਸੋ ਦਾ ਵਰਡ, ਦਾ ਈਡੀਅਮ ਫਰੈਂਚ ਲੀਵ ਇਜ਼ ਯੂਜ਼ਡ ਵੈਨ ਯੂ ਲੀਵ ਦਾ ਪਾਰਟੀ, ਵੈਨ ਯੂ ਲੀਵ ਫੰਕਸ਼ਨ ਵਿਦਾਊਟ ਟਾਕਿੰਗ, ਵਿਦਾਊਟ ਸਪੀਕਿੰਗ, ਵਿਦਾਊਟ ਮੀਟਿੰਗ ਯੂਅਰ ਹੋਸਟ। ਅਤੇ ਹੁਣ ਗੱਲ ਕਰਾਂਗਾ ਆਪਣੀ ਆਉਣ ਵਾਲੀ ਵੀਡੀਓਜ਼ ਦੀ, ਜਿਹੜੀ ਕਿ ਮੈਂ ਟੈਂਸਿਸ 'ਤੇ ਬਣਾਉਣ ਜਾ ਰਿਹਾ ਹਾਂ। ਵੀਡੀਓਜ਼ ਬਣ ਚੁੱਕੇ ਹਨ, ਆਲਮੋਸਟ ਫਾਈਨਲ ਕੰਮ ਉਹਨਾਂ 'ਤੇ ਚੱਲ ਰਿਹਾ। ਟੈਂਸਿਸ 'ਤੇ 48 ਤੋਂ 50 ਵੀਡੀਓਜ਼, ਜਿਨ੍ਹਾਂ ਦੀ ਖਾਸੀਅਤ ਇਹ ਹੋਏਗੀ ਕਿ ਇੱਕ ਵੀਡੀਓ 'ਚ ਇੱਕ ਟੈਂਸ ਦਾ ਇੱਕ ਰੂਲ ਕਵਰ ਕੀਤਾ ਜਾਏਗਾ, ਔਰ ਉਹਦੇ ਨਾਲ ਹੋਣਗੇ ਘੱਟੋ ਘੱਟ 100 ਸੈਂਟੈਂਸਿਸ ਜਿਹੜੇ ਤੁਸੀਂ ਪ੍ਰੈਕਟਿਸ ਕਰਕੇ ਆਪਣੇ ਟੈਂਸਿਸ ਨੂੰ ਮਜ਼ਬੂਤ ਕਰ ਸਕਦੇ ਹੋ, ਜਿਹੜੇ ਕਿ ਇੰਗਲਿਸ਼ ਸਿੱਖਣ ਲਈ ਬੇਹੱਦ ਬੇਹੱਦ ਜ਼ਰੂਰੀ ਨੇ। ਔਰ ਇੰਨੀ ਪ੍ਰੈਕਟਿਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਦੁਬਾਰਾ ਤੁਹਾਨੂੰ ਇੰਗਲਿਸ਼ ਦੇ ਸੈਂਟੈਂਸਿਸ ਬਣਾਉਣ ਦੀ ਕਦੀ ਵੀ ਪ੍ਰੋਬਲਮ ਆਏਗੀ। ਸੋ ਮੇਰੇ ਚੈਨਲ ਨੂੰ ਮੈਂ ਕਹਾਂਗਾ ਕਿ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਬਾ ਕੇ ਕੰਟਰੀਬਿਊਟ ਕਰੋ, ਸੋ ਦੈਟ ਤੁਹਾਨੂੰ ਮੇਰੇ ਇਹਨਾਂ ਵੀਡੀਓਜ਼ ਦੀ ਜਾਂ ਹੋਰ ਵੀ ਵੀਡੀਓ ਜਿਹੜੇ ਮੈਂ ਅਪਲੋਡ ਕਰਾਂਗਾ ਕਿਸੇ ਵੀ ਚੀਜ਼ ਨਾਲ ਰਿਲੇਟਡ, ਉਹਨਾਂ ਦੀ ਇਨਫੋਰਮੇਸ਼ਨ ਮਿਲੇ, ਔਰ ਤੁਸੀਂ ਉਹਨਾਂ ਨੂੰ ਮਿਸ ਨਾ ਕਰਕੇ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਜੋ ਹੈ ਉਹ ਤੁਹਾਨੂੰ ਮਿਲ ਸਕੇ। ਅਤੇ ਨੈਕਸਟ ਈਡੀਅਮ ਦੇਖਦੇ ਹਾਂ, ਵੈਨਿਸ਼ ਇਨ ਟੂ ਦਾ ਥਿਨ ਏਅਰ, ਹਵਾ 'ਚ ਗੁੰਮ ਜਾਣਾ। ਇਹਦਾ ਕੋਈ ਮੀਨਿੰਗ ਇਹਦੇ ਨਾਲ ਕੰਸਰਨ ਨਹੀਂ ਹੈ, ਵੈਨਿਸ਼ ਇਨ ਟੂ ਦਾ ਥਿਨ ਏਅਰ ਅਸਲੀ ਮੀਨਿੰਗ ਜਿਹੜਾ ਉਹ ਈਡੀਅਮ ਦਾ, ਦੈਟ ਇਜ਼ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਜਾਣਾ ਔਰ ਦੁਬਾਰਾ ਨਾ ਮਿਲਣਾ ਲੱਭਿਆਂ। ਇੱਕ ਸੈਂਟੈਂਸ ਦੇਖਾਂਗੇ, ਅ ਸੈਕਿੰਡ ਬਿਫੋਰ ਹੀ ਵਾਸ ਹੇਅਰ ਓਨਲੀ ਐਂਡ ਨਾਓ ਹੀ ਹੈਜ਼ ਵੈਨਿਸ਼ਡ ਇਨ ਟੂ ਥਿਨ ਏਅਰ, ਆਈ ਕਾਂਟ ਫਾਈਂਡ ਹਿਮ। ਕੁਛ ਸੈਕਿੰਡ ਪਹਿਲਾਂ ਹੀ ਉਹ ਇੱਥੇ ਸੀ ਔਰ ਹੁਣ ਉਹ ਗਵਾਚ ਗਿਆ, ਹੀ ਇਜ਼ ਮਿਸਿੰਗ, ਆਈ ਕਾਂਟ ਫਾਈਂਡ ਹਿਮ, ਮੈਂ ਉਹਨੂੰ ਲੱਭ ਨਹੀਂ ਸਕਦਾ। ਮਤਲਬ ਕੋਈ ਵੀ ਚੀਜ਼ ਜਿਹੜੀ ਅਚਾਨਕ ਗਾਇਬ ਹੋ ਜਾਏ ਉਹਨੂੰ ਰੈਫਰ ਕਰਨ ਲਈ ਵੀ ਯੂਜ਼ ਦਿਸ ਈਡੀਅਮ ਵੈਨਿਸ਼ ਇਨ ਟੂ ਥਿਨ ਏਅਰ। ਵਨ ਮੋਰ ਸੈਂਟੈਂਸ ਵਿਲ ਸੀ, ਮਾਈ ਗੋਲਡ ਰਿੰਗ ਮਸਟ ਬੀ ਹੇਅਰ ਸਮਵੇਅਰ, ਇਟ ਕਾਂਟ ਜਸਟ ਵੈਨਿਸ਼ ਇਨ ਟੂ ਥਿਨ ਏਅਰ ਅਨਲੈਸ ਸਮਵਨ ਹੈਜ਼ ਸਟੋਲਨ ਇਟ। ਮੇਰੀ ਸੋਨੇ ਦੀ ਅੰਗੂਠੀ ਜਾਂ ਰਿੰਗ ਨਹੀਂ ਇੱਥੇ ਸੀ, ਇਹ ਗਵਾਚ ਨਹੀਂ ਸਕਦੀ, ਇਹ ਕਿਤੇ ਜਾ ਨਹੀਂ ਸਕਦੀ, ਇਹ ਗਾਇਬ ਨਹੀਂ ਹੋ ਸਕਦੀ ਅਨਲੈਸ ਕਿਸੇ ਨਾ ਕਿਸੇ ਨੇ ਇਹਨੂੰ ਜਿੰਨੀ ਦੇਰ ਤੱਕ ਚੁਰਾਇਆ ਨਾ ਹੋਏ। ਸੋ ਵੈਨਿਸ਼ ਇਨ ਟੂ ਥਿਨ ਏਅਰ ਮਤਲਬ ਕਿਸੇ ਵੀ ਚੀਜ਼ ਦਾ ਹੈਰਾਨੀਜਨਕ ਢੰਗ ਨਾਲ ਗਵਾਚ ਜਾਣਾ, ਗਾਇਬ ਹੋ ਜਾਣਾ ਔਰ ਦੁਬਾਰਾ ਆਰਾਮ ਨਾਲ ਨਾ ਲੱਭਣਾ। ਨੈਕਸਟ ਈਡੀਅਮ ਇਜ਼ ਟੂ ਹੈਵ ਦਾ ਨਰਵ, ਔਰ ਇਹਦੇ ਪੰਜਾਬੀ 'ਚ ਮੀਨਿੰਗ ਜਿਹੀ ਸ਼ਬਦਾਂ ਦਾ ਕੱਢੀਆ ਅਤੇ ਉਹ ਆਏਗਾ ਨੱਸਦਾ ਹੋਣਾ, ਜਿਹੜਾ ਕਿ ਬਿਲਕੁਲ ਗਲਤ। ਔਰ ਈਡੀਅਮ ਦਾ ਅਸਲੀ ਮੀਨਿੰਗ ਜਿਹੜਾ ਉਹ ਹੈ ਜ਼ਬਰਦਸਤ ਹੌਸਲਾ ਰੱਖਣਾ, ਜ਼ਬਰਦਸਤ ਹੌਸਲਾ ਰੱਖਣਾ, ਹੌਸਲਾ ਹਿੰਮਤ ਰੱਖਣੀ। ਔਰ ਇੱਕ ਸੈਂਟੈਂਸ ਦੇਖਾਂਗੇ ਇਹਦੇ ਨਾਲ, ਦੈਟ ਇਜ਼ ਹੀ ਫੌਟ ਵਿਦ 5 ਮੈਨ ਵਿਦਆਊਟ ਐਨੀ ਹੈਲਪ ਫਰੋਮ ਐਨੀਬਡੀ ਐਲਸ, ਹੀ ਓਨਲੀ ਹੈਜ਼ ਦਾ ਨਰਵ ਟੂ ਡੂ ਇਟ। ਉਹ 5 ਆਦਮੀਆਂ ਨਾਲ ਬਿਨਾਂ ਕਿਸੇ ਹੋਰ ਦੀ ਮਦਦ ਦੀ ਲੜਿਆ
ਅਤੇ ਇਹ ਹੌਸਲਾ ਉਹਦੇ 'ਚ ਹੀ ਆ, ਇਹ ਹਿੰਮਤ ਉਹਦੇ 'ਚ ਹੀ ਆ, ਹੀ ਹੈਜ਼ ਦਾ ਨਰਵ ਟੂ ਫਾਈਟ ਫਾਈਵ ਮੈਨ ਵਿਦਆਊਟ ਦੀ ਹੈਲਪ ਆਫ ਐਨੀਬਡੀ ਐਲਸ. ਵਨ ਮੋਰ ਸੈਂਟੈਂਸ, ਵਨ ਨੀਡਸ ਟੂ ਹੈਵ ਦਾ ਨਰਵ ਟੂ ਗੋ ਆਊਟ ਇਨ ਟੂ ਦਾ ਸੀ ਡਿਊਰਿੰਗ ਹਾਈ ਟਾਈਡ. ਸਮੁੰਦਰ 'ਚ ਜਵਾਰ ਭਾਟਾ ਉੱਠਦਾ, ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਨੇ, ਉਸ ਟਾਈਮ 'ਤੇ ਉਸ ਵੇਲੇ ਸਮੁੰਦਰ 'ਚ ਕਿਸੇ ਵੀ ਕੰਮ ਲਈ ਜਾਣਾ ਜਿਹੜਾ ਨਾ, ਉਹਦੇ ਲਈ ਬਹੁਤ ਜ਼ਿਆਦਾ ਹਿੰਮਤ ਅਤੇ ਹੌਸਲੇ ਦੀ ਜ਼ਰੂਰਤ ਹੋਏਗੀ. ਇਸ ਸੈਂਟੈਂਸ 'ਚ ਇਹੀ ਐਕਸਪਲੇਨ ਕੀਤਾ ਜਾ ਰਿਹਾ ਕਿ ਕਿਸੇ ਵੀ ਆਦਮੀ ਲਈ ਉਸ ਵੇਲੇ ਸਮੁੰਦਰ 'ਚ ਜਾਣ ਲਈ ਹੀ ਨੀਡ ਟੂ ਹੈਵ ਦਾ ਨਰਵ, ਬਹੁਤ ਜ਼ਿਆਦਾ ਹਿੰਮਤ ਔਰ ਹੌਸਲੇ ਦੀ ਉਹਨੂੰ ਜ਼ਰੂਰਤ ਹੋਏਗੀ, ਤਾਂ ਹੀ ਉਹ ਬੰਦਾ ਉਸ ਵੇਲੇ ਸਮੁੰਦਰ 'ਚ ਕਿਸੇ ਵੀ ਕੰਮ ਲਈ ਜਾਣ ਦੀ ਕੋਸ਼ਿਸ਼ ਕਰੇਗਾ. ਫੇਸ ਦਾ ਮਿਊਜ਼ਿਕ, ਸੰਗੀਤ ਦਾ ਸਾਹਮਣਾ, ਸ਼ਬਦਾਂ ਦਾ ਕੋਈ ਅਰਥ ਨਹੀਂ ਨਿਕਲ ਰਿਹਾ. ਐਕਚੁਅਲ ਮੀਨਿੰਗ ਇਜ਼ ਗਲਤੀ ਦੀ ਸਜ਼ਾ ਭੁਗਤਣਾ, ਆਪਣੇ ਦੁਆਰਾ ਕਿਸੇ ਕੀਤੀ ਗਲਤੀ ਦੀ ਜੋ ਸਜ਼ਾ ਭੁਗਤਣੇ ਹਾਂ, ਉਹਨੂੰ ਮਹਿਸੂਸ ਕਰਨੇ ਹਾਂ, ਤੰਗ ਹੁੰਦੇ ਹਾਂ, ਪਰੇਸ਼ਾਨ ਹੁੰਦੇ ਹਾਂ, ਦੈਟ ਇਜ਼ ਨੋਨ ਐਜ ਫੇਸ ਦਾ ਮਿਊਜ਼ਿਕ. ਯੂ ਮਿਸ ਦਾ ਸਕੂਲ ਯੈਸਟਰਡੇ ਵਿਦਆਊਟ ਅ ਵੈਲਿਡ ਰੀਜ਼ਨ, ਤੁਸੀਂ ਕੱਲ੍ਹ ਸਕੂਲ ਮਿਸ ਕੀਤਾ ਸੀ ਬਿਨਾਂ ਕਿਸੇ ਕਾਰਨ ਤੋਂ. ਨਾਓ ਫੇਸ ਦਾ ਮਿਊਜ਼ਿਕ ਫਰੋਮ ਦਾ ਪ੍ਰਿੰਸੀਪਲ, ਔਰ ਹੁਣ ਤੁਸੀਂ ਪ੍ਰਿੰਸੀਪਲ ਕੋਲੋਂ ਆਪਣੀ ਉਸ ਗਲਤੀ ਲਈ ਸਜ਼ਾ ਭੁਗਤੋਗੇ ਜਾਂ ਭੁਗਤਣ ਲਈ ਤਿਆਰ ਰਹੋ. ਦ ਨੈਕਸਟ ਸੈਂਟੈਂਸ ਇਜ਼, ਵੀ ਕਮਿਟ ਦਾ ਮਿਸਟੇਕਸ ਬਟ ਡੋਂਟ ਵਾਂਟ ਟੂ ਫੇਸ ਦਾ ਮਿਊਜ਼ਿਕ ਕੌਜ਼ ਦੈਟ. ਅਸੀਂ ਗਲਤੀਆਂ ਤਾਂ ਕਰਦੇ ਹਾਂ ਪਰ ਆਪਣੀਆਂ ਉਹਨਾਂ ਗਲਤੀਆਂ ਦੀ ਸਜ਼ਾ ਨੂੰ ਭੁਗਤਣਾ ਨਹੀਂ ਚਾਹੁੰਦੇ, ਬਚਣਾ ਚਾਹੁੰਦੇ ਹਾਂ ਉਹਦੇ ਤੋਂ. ਹਾਊ ਇਜ਼ ਦੈਟ, ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਤੁਸੀਂ ਗਲਤੀ ਕਰਾਂਗੇ ਕੋਈ ਵੀ, ਤਾਂ ਫਿਰ ਸਜ਼ਾ ਤਾਂ ਨੈਚੁਰਲੀ ਤੌਰ 'ਤੇ ਭੁਗਤਣੀ ਹੀ ਪਵੇਗੀ. ਸੋ ਫੇਸ ਦਾ ਮਿਊਜ਼ਿਕ ਮਤਲਬ ਆਪਣੀ ਕੀਤੀ ਗਲਤੀ ਦੀ ਸਜ਼ਾ ਭੁਗਤਣਾ, ਤੰਗ ਹੋਣਾ, ਪਰੇਸ਼ਾਨ ਹੋਣਾ. ਵੈਦਰ ਦਾ ਸਟੋਮ, ਲਾਸਟ ਈਡੀਅਮ ਹੈ ਇਸ ਵੀਡੀਓ ਦਾ, ਔਰ ਜੇ ਪੰਜਾਬੀ ਮੀਨਿੰਗ ਅਸੀਂ ਸ਼ਬਦਾਂ ਦਾ ਕੱਢ ਕੇ ਦੇਖੀਏ ਤਾਂ ਉਹ ਬਣੇਗਾ ਮੌਸਮ ਦਾ ਤੂਫਾਨ ਜਾਂ ਤੂਫਾਨ ਦਾ ਮੌਸਮ, ਵੇਅਰ ਐਜ਼ ਇਟ ਹੈਜ਼ ਨਥਿੰਗ ਟੂ ਡੂ ਵਿਦ ਐਕਚੁਅਲ ਮੀਨਿੰਗ ਆਫ ਦਾ ਵੈਦਰ ਦਾ ਸਟੋਮ. ਐਂਡ ਦਾ ਐਕਚੁਅਲ ਮੀਨਿੰਗ ਆਫ ਦਿਸ ਈਡੀਅਮ ਇਜ਼, ਬੁਰੇ ਹਾਲਾਤ ਦਾ ਸਾਹਮਣਾ ਕਰਨਾ, ਜ਼ਿਆਦਾ ਨੁਕਸਾਨ ਹੋਣ ਤੋਂ ਬਚ ਕੇ ਨਿਕਲਣਾ ਜਾਂ ਨਿਕਲਣ ਦੀ ਕੋਸ਼ਿਸ਼ ਕਰਨਾ. ਤੁਸੀਂ ਕੋਈ ਗਲਤੀ ਕੀਤੀ ਹੈ ਜਾਂ ਨਹੀਂ ਵੀ ਕੀਤੀ ਹੈ, ਹਾਲਾਤ ਇਹੋ ਜਿਹੇ ਬਣ ਗਏ ਨੇ ਜਿਨ੍ਹਾਂ ਦੇ ਕਾਰਨ ਤੁਸੀਂ ਪਰੇਸ਼ਾਨੀ 'ਚੋਂ ਸੰਭਵ ਉਹਨਾਂ ਹਾਲਾਤਾਂ ਨੂੰ ਪਾਸ ਕਰਨਾ, ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਕੇ ਕਿਸੇ ਵੀ ਤਰੀਕੇ ਨਾਲ ਨਿਕਲਣਾ, ਦੈਟ ਇਜ਼ ਨੋਨ ਐਜ਼ ਵੈਦਰ ਦਾ ਸਟਰੋਂਗ. ਔਰ ਸੈਂਟੈਂਸ ਦੇਖਾਂਗੇ, ਕ੍ਰਿਸ਼ਨ ਲੋਸਟ ਹਿਜ਼ ਜੋਬ ਬਟ ਸੰਭਵ ਹਿਜ਼ ਫੈਮਿਲੀ ਵੈਦਰ ਦਾ ਸਟਰੋਂਗ. ਕ੍ਰਿਸ਼ਨ ਦੀ ਜੋਬ ਚਲੇ ਗਈ ਔਰ ਉਹਦੇ ਤੋਂ ਬਾਅਦ ਪਰੇਸ਼ਾਨੀ ਹੋਈ, ਕਿਸੇ ਤਰ੍ਹਾਂ ਮੁਸ਼ਕਲਾਂ ਨਾਲ ਆਪਣੇ 'ਤੇ ਆਏ, ਉਸ ਮਾੜੇ ਟਾਈਮ ਨੂੰ ਉਹਨਾਂ ਨੇ ਕੱਢਿਆ ਹੋਰ ਕਿਸੇ ਤਰ੍ਹਾਂ ਦੀ ਨੁਕਸਾਨ ਤੋਂ ਬਚ ਬਚਾ ਕੇ. ਐਂਡ ਦਾ ਸੈਕਿੰਡ ਸੈਂਟੈਂਸ ਇਜ਼, ਅਲਟੀਮੇਟਲੀ ਇਟ ਇਜ਼ ਦਾ ਕਰੇਜ ਦੈਟ ਹੈਲਪਸ ਟੂ ਵੈਦਰ ਦਾ ਸਟੋਰਮ ਹਾਊ ਡਿਮਾਂਡਿੰਗ ਦਾ ਸਿਚੁਏਸ਼ਨ ਵੇ ਵੀ. ਹਾਲਾਤ ਕਿਹੋ ਜਿਹੇ ਵੀ ਹੋਣ, ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਪਰ ਅਲਟੀਮੇਟਲੀ ਤੁਹਾਡਾ ਜਿਹੜਾ ਕਰਜ ਹੈ, ਤੁਹਾਡੀ ਜਿਹੜੀ ਹਿੰਮਤ ਹੈ, ਉਹ ਤੁਹਾਨੂੰ ਆਪਣੇ ਉਸ ਮੁਸ਼ਕਿਲ ਹਾਲਾਤ 'ਚੋਂ ਨਿਕਲਣ 'ਚ ਮਦਦ ਕਰਦੀ ਹੈ ਬਿਨਾਂ ਹੋਰ ਜ਼ਿਆਦਾ ਨੁਕਸਾਨ ਕਰਵਾਉਣ ਤੋਂ. ਸੋ ਦੋਸਤੋ, ਇਹ ਸੀ ਇਸ ਵੀਡੀਓ ਦੇ 8 ਤੋਂ 9 ਸਪੈਸ਼ਲ ਵੱਖਰੇ ਜਿਹੇ ਈਡੀਅਮਸ. ਇਹਨਾਂ ਦੀ ਮਾਸਟਰੀ ਜ਼ਰੂਰ ਕਰੋ ਕਿਉਂਕਿ IELTS ਤੁਹਾਡਾ 1 ਤੋਂ 2 ਈਡੀਅਮਸ ਦਾ ਇਸਤੇਮਾਲ ਯੂਜ਼ ਜਿਹੜਾ ਉਹ ਤੁਹਾਡੇ ਬੈਂਡ ਨੂੰ ਡੈਫੀਨੇਟਲੀ ਇਨਕਰੀਜ਼ ਕਰ ਸਕਦਾ ਹੈ. ਇੱਕ ਵੀਡੀਓ ਘੱਟੋ ਘੱਟ ਇਹਦੇ 'ਤੇ ਹੋਰ ਅਪਲੋਡ ਕਰਾਂਗਾ, ਜ਼ਰੂਰ ਦੇਖੋ. ਟਿਲ ਦੈਨ ਟੇਕ ਕੇਅਰ.